ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਬੈਕ ਸਾਈਡ 'ਤੇ ਰੂਸੀ ਟਰੈਕਟਰ ਅਤੇ ਪਿੱਛੇ ਟਰਾਲਾ ਅਤੇ ਮਕਈ ਦਾ ਭਰਿਆ ਹੋਇਆ ਅਤੇ ਕਾਰਪੇਟ ਰੋਡ ਹੈ ਦੋਸਤੋ, ਉਹਦੇ ਕਿਨਾਰੇ 'ਤੇ ਇਹ ਬਹਿ ਗਿਆ ਅਤੇ ਤੁਹਾਨੂੰ ਵਿਖਾਉਂਦੇ ਹਾਂ ਵੀ ਇਹ ਕਿਉਂ ਬੈਠਾ ਹੈ ਅਤੇ ਇਹ ਕਿਹਦਾ ਕਸੂਰ ਹੈ। ਆਓ ਚਲੀਏ ਟਰੈਕਟਰ ਟਰਾਲੇ ਵੱਲ। ਇਹ ਚੈੱਕ ਕਰੋ ਜੀ, 820 4x4 ਅਤੇ ਕਾਰਪੇਟ ਰੋਡ, ਅਤੇ ਕਾਰਪੇਟ ਰੋਡ ਦੀ ਪੋਜੀਸ਼ਨ ਚੈੱਕ ਕਰ ਲਓ। ਇਸ 'ਤੇ ਅਰਬਾਂ ਰੁਪਈਏ ਜਿਹੜੇ ਨੇ ਆਵਾਮ ਦੇ ਟੈਕਸ ਦੇ ਪੈਸੇ ਖਰਚ ਹੋਏ ਨੇ, ਲੇਕਿਨ ਹਰ ਸੜਕ ਦੇ ਉੱਪਰ ਬੇਲਦਾਰ ਮੁਤੈਨ ਹੈਗੇ ਨੇ, ਉਹ ਤਨਖਾਹਾਂ ਲੈ ਰਹੇ ਨੇ, ਲੇਕਿਨ ਕਦੀ ਅਸਾਂ ਕਿਸੇ ਸੜਕ 'ਤੇ ਜਾਂ ਕਿਸੇ ਵੀ ਸੜਕ 'ਤੇ ਇੰਤਜ਼ਾਮੀਆਂ ਨਹੀਂ ਵੇਖੀ ਜਿਹੜੀ ਮਤਲਬ ਵੀ ਇਹਦੀ ਮੁਰੰਮਤ ਕਰਦੀ ਹੋਵੇ। ਜਿਸ ਤਰੀਕੇ ਬਾਰਿਸ਼ ਆਉਂਦੀ ਹੈ ਅਤੇ ਖੱਡੇ ਬਣ ਜਾਂਦੇ ਨੇ, ਅਤੇ ਇਹ ਚੈੱਕ ਕਰੋ ਜੀ ਬੈਕ ਸਾਈਡ 'ਤੇ ਵੀ ਇਹ ਵੇਖੋ, ਅਤੇ ਸੇਮ ਪੂਰੀ ਸੜਕ ਦਾ ਬਲਕਿ ਪੂਰੇ ਰੋਡ ਦਾ ਜਿਹੜਾ ਹੈ ਨਾ ਇਹੀ ਹਾਲ ਹੈ। ਅਤੇ ਰੋਡ ਹੈ ਜਨਾਬ ਜ਼ਫਰ ਚੌਕ ਤੋਂ ਲੈ ਕੇ ਸੋਡੇ ਕੀ ਅਤੇ ਬਰਾਸਤਾ ਬਸੀਰਪੁਰ, ਅਤੇ ਡਰਾਈਵਰ ਬਾਈ ਤੋਂ ਪੁੱਛਣੇ ਆ ਵੀ ਇਹ ਟਰੈਕਟਰ ਕਿਸ ਤਰੀਕੇ ਬੈਠਾ ਹੈ, ਕੀ ਉਹਨਾਂ ਤੋਂ ਗਲਤੀ ਹੋਈ ਹੈ ਜਾਂ ਦੂਸਰਾ ਕੀ ਵਜ੍ਹਾ ਬਣੀ ਹੈ। ਆਓ ਚਲੀਏ ਗੱਲ ਕਰੀਏ। ਅਸਲਾਮ ਵਾਲੇਕੁਮ ਜੀ, ਭਜਨ ਨਾਂ ਕੀ ਤੁਹਾਡਾ? ਅਲੀ ਹਸਨੈਨ। ਅਲੀ ਹਸਨੈਨ ਬਈ, ਇਹ ਟਰੈਕਟਰ ਜਿਹੜਾ ਹੈ ਇਹ ਪੱਕੀ ਤੇ ਕਿਵੇਂ ਲੈ ਗਿਆ? ਇੱਧਰ ਖੜਾ ਸੀ ਟਰਾਲਾ। ਅੱਛਾ, ਇਸ ਸਾਈਡ ਤੇ ਟਰਾਲਾ ਖੜਾ ਸੀ? ਟਰਾਲਾ ਖੜਾ ਸੀ, ਇੱਧਰ ਰਸਤਾ ਥੋੜਾ ਸੀ, ਲੰਘਣ ਲੱਗੇ। ਤੁਸੀਂ ਓਵਰਟੇਕ ਕਰਨ ਲੱਗੇ ਹੋ, ਮਤਲਬ ਲੰਘ ਤੇ ਅੱਗੇ ਜਾਣ ਲੱਗੇ ਹੋ, ਤੇ ਇਹ ਪੱਕੀ ਮਤਲਬ ਗਾਚੇ ਤੁਸੀਂ ਨਹੀਂ ਵੇਖੇ ਸਨ? ਨਹੀਂ, ਗਾਚੇ ਵੇਖੇ ਸਨ, ਲੇਕਿਨ ਮੈਂ ਕਿਹਾ ਥੋੜੇ ਜਿਹਾ ਹੋਣਗੇ, ਉਹ ਚੋਖਾ ਗਾਚਾ ਸੀ। ਚੋਖਾ ਗਾਚਾ ਸੀ, ਅੱਛਾ ਜੀ। ਤੇ ਅਲੀ ਹਸਨੈਨ ਬਈ, ਫਿਰ ਕੋਸ਼ਿਸ਼ ਕੀਤੀ ਇਹਨੂੰ ਕੱਢਣ ਦੀ? ਮਤਲਬ ਵੀ ਦੂਸਰੀ ਸਾਈਡ ਤੇ ਸ਼ਿਫਟ ਕਰੋਗੇ? ਦੋਸਤੋ ਵੇਖ ਸਕਦੇ ਹੋ ਵੀ ਅਗਲੀ ਸਾਈਡ ਤੇ ਰੂਸੀ ਖੜਾ ਹੈ, 510 ਤੇ 820, ਤੇ ਬਹੁਤ ਦੁੱਖ ਹੁੰਦਾ ਪਿਆ ਤੇ ਅਫਸੋਸ ਹੁੰਦਾ ਪਿਆ, ਐਡੇ ਵੱਡੇ ਟਰੈਕਟਰ ਜਿਹੜੇ ਨੇ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਨੇ। ਤੇ ਆਹ ਸੜਕ ਦੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਪੋਜੀਸ਼ਨ ਵਿਖਾ ਲਵਾਂ, ਤੇ ਸਮਝ ਨਹੀਂ ਆਉਂਦੀ ਵੀ ਸਾਡੀ ਹਕੂਮਤ ਆਹ ਰੋਜ਼ ਟੈਕਸ ਲਗਾਉਂਦੀ ਹੈ ਆਵਾਮ ਦੇ, ਆਵਾਮ ਦੇ ਟੈਕਸਾਂ ਦਾ ਪੈਸਾ ਜ਼ਾਇਆ ਹੁੰਦਾ ਹੈ, ਅਤੇ ਇੰਨਾ ਸੋਹਣਾ ਕਾਰਪੇਟ ਰੋਡ ਹੈਗਾ, ਅਤੇ ਇਹਦਾ ਹਾਲ ਵੇਖ ਲਓ ਵੀ ਇਹ ਜਿਹੜਾ 16 ਕਿਲੋਮੀਟਰ ਤੱਕ 15 ਕਿਲੋਮੀਟਰ ਦਾ ਟੋਟਾ ਹੈ, ਇਹ ਹਰ ਜਗ੍ਹਾ 'ਤੇ ਇਸ ਤਰੀਕੇ ਇਹ ਗਾਚੇ ਹੈਗੇ ਨੇ, ਅਤੇ ਇਹਨਾਂ ਗਾਚਿਆਂ ਦੀ ਵਜ੍ਹਾ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ। ਇਹ ਨਹੀਂ ਹੈਗਾ ਵੀ ਟਰੈਕਟਰ ਫਸ ਸਕਦੇ, ਇਹ ਜਿਸ ਤਰੀਕੇ ਪੋਜੀਸ਼ਨ ਤੁਸੀਂ ਵੇਖਦੇ ਹੋ ਵੀ ਮਜ਼ੀਦ ਥੱਲੇ ਜਾਂਦਾ ਅਤੇ ਉਲਟ ਵੀ ਸਕਦਾ ਸੀ, ਅਤੇ ਅੱਲਾਹ ਤਾਲਾ ਇਸ ਨੂੰ ਰੱਖ ਲਿਆ ਹੈ। ਅਤੇ ਇਹ ਗਏ ਬਾਅਦ 'ਚ ਇਹ ਚੈੱਕ ਕਰੋ, ਮੈਂ ਥੋੜ੍ਹਾ ਜਿਹਾ ਨੇੜੇ ਜਾ ਕੇ ਤੁਹਾਨੂੰ ਪੋਜੀਸ਼ਨ ਵਿਖਾਉਣਾ, ਇਹ ਚੈੱਕ ਕਰੋ ਜੀ। ਬਹੁਤ ਦੁੱਖ ਹੁੰਦਾ ਪਿਆ, ਲੇਕਿਨ ਆਵਾਮ ਕਰ ਕੁਛ ਨਹੀਂ ਸਕਦੀ, ਅਤੇ ਆਪਾਂ ਸਿਰਫ ਨਾ ਆਵਾਜ਼ ਜਿਹੜੀ ਹੈ ਉਹ ਪਹੁੰਚਾ ਸਕਦੇ ਹਾਂ, ਅੱਗੇ ਕੰਮ ਹੈ ਇੰਤਜ਼ਾਮੀਆਂ ਦਾ। ਅਤੇ ਚਲੋ ਹੁਣ ਆਪਾਂ ਥੋੜ੍ਹੀ ਜਿਹੀ ਬਰੀਫਿੰਗ ਲੈ ਲਈਏ ਟਰੈਕਟਰ ਦੇ ਬਾਰੇ, ਅਤੇ ਅਲੀ ਹਸਨੈਨ ਬਈ, ਇਹ ਟਰੈਕਟਰ 820 ਕੈਸਾ ਚੱਲਦਾ ਹੈ? ਬਹੁਤ ਅੱਛਾ। ਇਹਦਾ ਖਰਚਾ ਕੀ ਹੈ ਹਾਲੇ ਤੇ ਜਾਂ ਡਿਸਕਾਂ ਤੇ? ਕੰਮ ਖਰਚਾ ਹੈ, ਅਤੇ ਇਹਨੂੰ ਕਦੇ ਤੂੜੀ ਵਾਲੀ ਮਸ਼ੀਨ ਤੇ ਚਾਪਰ ਤੇ ਚਲਾਇਆ? ਕਿੰਨੇ ਮਿੰਟਾਂ 'ਚ ਟਰਾਲੀ ਭਰਦਾ ਹੈ ਤੇ ਡੀਜ਼ਲ ਕਿੰਨਾ ਪੀ ਜਾਂਦਾ ਹੈ? ਡੀਜ਼ਲ ਇਹਨੇ 2.5 ਲੀਟਰ ਟਰਾਲੀ ਤੇ ਪੀਤਾ, ਦੂਸਰਾ 6 ਲੀਟਰ ਪੀਂਦਾ। ਅੱਛਾ, ਇੱਕ ਟਰਾਲੀ ਤੇ 2.5 ਲੀਟਰ ਪੀ ਗਿਆ, ਤੇ ਉਹ ਬਾਅਦ ਆਉਂਦੇ ਨੇ ਵੀ ਹਾਲੀ ਬੱਤਰੇ 'ਚ ਅਨਾਜ, ਤੇ ਬਾਅਦ ਆਉਂਦੇ ਨੇ ਵੀ ਨਹੀਂ ਖੁਸ਼ਕ ਹੈਗਾ? ਜੋ ਜਿਹਾ ਮਰਜ਼ੀ ਹੋਵੇ। ਅੱਛਾ, ਫਿਰ ਵੀ ਇੰਨਾ ਹੀ ਪੀਵੇਗਾ? ਇੰਨਾ ਹੀ ਪੀਵੇਗਾ, ਤੇ ਲੋਡ ਛੋਟ ਨਹੀਂ ਲੈਂਦਾ? ਨਹੀਂ, ਲੋਡ ਨਹੀਂ ਲੈਂਦਾ। ਅੱਛਾ, ਮਤਲਬ ਵੀ ਇਹਦੇ ਪੀਟੀ ਸ਼ਾਪ ਚੱਕਰ ਹੈਗੇ ਨੇ 1000, ਦੂਸਰਿਆਂ ਦੇ 750 ਹੁੰਦੇ ਨੇ। 750? ਅੱਛਾ, ਇਹਦੇ 1000 ਨੇ, ਤੇ 1000 ਚੱਕਰਾਂ ਦੀ ਵਜ੍ਹਾ ਨਾਲ ਇਹ ਮਤਲਬ ਵੀ ਵਾਧੂ ਹੈ, ਬਲਕਿ ਇਹ ਤੋਂ ਪਹਿਲੇ ਜੰਗਲ ਦਾ ਬਾਦਸ਼ਾਹ ਹੈਗਾ, ਤੇ
ਬਾਕੀ ਹੁਣ ਅਲੀ ਸਨੈਨ ਕਹਿੰਦਾ ਵੀ ਅਗਰ ਜਿਹਨਾਂ ਦੋਸਤਾਂ ਨੇ ਚਾਪਰ ਤੇ ਚਲਾਉਣਾ ਹੈ ਉਹ ਬਈ ਅਗਰ ਲੈਣਾ ਚਾਹਵਣ ਤੇ ਇਸ ਤਰ੍ਹਾਂ ਦਾ ਟਰੈਕਟਰ ਲਵਣ ਤੇ ਥੋੜ ਪੱਟੇਗਾ, ਲੇਕਿਨ ਮਹਿੰਗਾ ਬੜਾ ਹੋਣਾ ਹੈ। ਇਹਦਾ ਕੋਈ ਇਹ ਅੰਦਾਜ਼ਾ ਕਿੰਨੇ ਦਾ ਹੈ? 80 ਲੱਖ ਰੁਪਏ ਦਾ, ਤੇ ਦੂਜਾ ਵੀ 65-70 ਲੱਖ ਦਾ ਹੋਣਾ ਹੈ। ਤੇ ਮੇਰਾ ਖਿਆਲ ਹੈ ਵੀ 65-70 ਜਿਹਨੇ ਭਰ ਲੈਣਾ ਉਹ 80 ਵੀ ਭਰ ਸਕਦਾ ਹੈ। ਤੇ ਆਹ ਸੜਕ ਵੇਖ ਲਓ ਜੀ ਦੋਸਤੋ, ਆਹ ਦੂਸਰੇ ਪਾਸੇ ਮੈਂ ਤੁਹਾਨੂੰ ਵਿਖਾ ਦਈਏ। ਤੇ ਇਹਦਾ ਹੁਣ ਜ਼ਿੰਮੇਵਾਰ ਕੌਣ ਹੈ? ਇਹਦੀ ਜ਼ਿੰਮੇਵਾਰ ਸਿਰਫ ਹਕੂਮਤ ਹੈ, ਇੰਤਜ਼ਾਮੀਆ ਹੈ। ਤੇ ਇਹ ਹੁਣ ਵੇਖ ਸਕਦਾ ਵੀ ਕ੍ਰਾਸਿੰਗ ਹੋ ਰਹੀ ਹੈ, ਲੇਕਿਨ ਰੋਡ ਦਾ ਹਾਲ ਬਹੁਤ ਮਾੜਾ ਹੈ। ਸੜਕ ਬਹੁਤ ਪਿਆਰੀ ਹੈ ਤੇ ਸਾਈਡਾਂ ਤੇ ਜਿਹੜਾ ਹਾਲ ਹੈ ਬਹੁਤ ਮਾੜਾ ਹੈ। ਤੇ ਇਹਦੇ ਨਾਲ ਵੱਡਾ ਵੀ ਇੱਕ ਨੁਕਸਾਨ ਹੋ ਸਕਦਾ ਹੈ, ਜਾਨੀ ਮਾਲੀ ਸਭ ਨੁਕਸਾਨ ਹੋ ਸਕਦੇ ਨੇ। ਤੇ ਸਾਡੀ ਹਕੂਮਤ ਨੂੰ ਚਾਹੀਦਾ ਵੀ ਜਿੰਨੇ ਉਹਨਾਂ ਬੇਲਦਾਰ ਰੱਖੇ ਹੋਏ ਨੇ ਜੀ, ਠੀਕ ਅੱਲਾਹ ਦਾ ਸ਼ੁਕਰ, ਜਿੰਨੇ ਬੇਲਦਾਰ ਰੱਖੇ ਹੋਏ ਨੇ ਹਰ ਸੜਕ ਤੇ, ਉਹ ਆਪਣਾ ਕੰਮ ਜਿਹੜਾ ਨਾ ਉਹ ਇਮਾਨਦਾਰੀ ਨਾਲ ਕਰਨ ਤੇ ਇਸ ਤਰ੍ਹਾਂ ਦੇ ਜਿਹੜੇ ਗਾਚੇ ਨੇ ਜਾਂ ਟੋਏ ਟਬੇ ਇਹ ਪੂਰੇ ਕਰਨ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਵੱਟੂ, ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।